8 ਸਾਲ ਇਸ ਲਾਈਨ ਦੇ ਵਿੱਚ ਜਿਹੜੇ ਬੰਦਾ ਸਹੀ ਬਰੀਡਰ ਗਵਰਨਮੈਂਟ ਦੀ ਗਾਈਡਲਾਈਨ ਨੂੰ ਨਾਲ ਮੰਨ ਕੇ ਸਹੀ ਕੰਮ ਕਰਦਾ ਆ ਉਹਨਾਂ ਦੀ ਮੇਰੇ ਹਿਸਾਬ ਨਾਲ ਦੁਬਈ ਗਲਫ ਕੰਟਰੀ ਮਾੜਾ ਨਹੀਂ ਕਹਿੰਦਾ ਕਈਆਂ ਦੀ ਬਹੁਤ ਵਧੀਆ ਤਨਖਾਹ ਆ ਪਰ ਕਈ ਹੈਗੇ ਭੈਣ ਭਰਾ ਸਾਡੇ ਵੀਰ ਜਿਨ੍ਹਾਂ ਦੀ ਰੋਜ਼ੀ ਰੋਟੀ ਚੱਲਦੀ ਆ ਉਹਨਾਂ ਦੀ ਦੁਬਈ ਕਹਿ ਲਓ ਜਾਂ ਗਲਫ ਏਰੀਆ ਇੱਥੇ ਹੀ ਦੁਬਈ ਬਣ ਸਕਦੀ ਉਹਨਾਂ ਜੇ ਕੰਮ ਸਹੀ ਕਰ अपने को इतने रिसोर्सिज है आप अपने भैन भरावान च माँ बाप के रहने सू सपोर्ट करते हैं सारे जने राइट तो वो साढ़े लिए ईजी हो जाता है पर जो उ चले जाने तो पिछले मुड़न का रास्ता नहीं होंगे फिर इस करके जो तीन अकल आँदी उदो टाइम बहुत निकल चुका होंगे इतने काम करना ज़्यादा सौखा है सर 500 तो वध जिहड़े सैटअप पंजाब दे विच शुरुआत कर दी गई है उत्थे जे गल कीती है मुख्यमंत्री पंजाब पहुँचते हैं तो उन्हां वल्लों अज ये नौजवानों को हुलारा दिता गया उत्थे जे गल कीती है वख-वख तरह के जिहड़े स्टॉल लगे हुए हैं वख-वख तरह दे जिहड़े नौजवानों दीआं आइडियाज़ ने जिहड़े अगे आउण और आई थिंक आने वाले टाइम में पंजाब इज गोइंग टू रॉक द स्टार्टअप स्पेस फॉर श्योर 100% मतलब बाकी के देशों में पंजाब पीछे चल देगा पंजाब वैसे ही आगे जाने वाला है क्योंकि हर जगह भर चुकी हैं सारी चीज़ें एंड पीपल आर रनिंग हियर एंड देयर साड़ी कोशिश यही है कि अगली पीढ़ी तक पहुँच सके तो पूरी दुनिया पहुँच सके पंजाब का स्वाद तो जो CM साहब भी आए थे उन्होंने कहा जो भी मर्जी कहो लोहड़ी दे दिन ते ते अपने बेबे दे हाथ की चीज़ा ही पसंद आंदी है ਜਿਹੜਾ ਮਰਜ਼ੀ ਪ੍ਰਾਈਸ ਰੇਂਜ ਦਾ ਕਸਟਮਰ ਹੋਏ ਅਸੀਂ ਉਹਨੂੰ ਡੀਲ ਕਰ ਸਕਦੇ ਹਾਂ ਪਲੱਸ ਬੀਬੀਆਂ ਵਾਸਤੇ ਵੀ ਸਾਡੇ ਕੋਲ ਸ਼ੋਲਾਂ ਦੀ ਰੇਂਜ ਹੈਗੀ ਹੈ ਫੁਲਕਾਰੀ ਦੁਪੱਟੇ ਵੀ ਹੈਗੇ ਨੋਟ ਓਨਲੀ ਦੈਟ ਅਸੀਂ ਇਹ ਕੜੇ ਵੀ ਹੈਗੇ ਸਾਡੇ ਕੋਲ ਕੜੇ ਦੇ ਵਿੱਚ ਅਸੀਂ ਬੰਦੇ ਦਾ ਨਾਮ ਜਾਂ ਜੋ ਵੀ ਉਹ ਮੈਸੇਜ ਲਿਖਣਾ ਚਾਹੁੰਦਾ ਸਾਡੀ ਵੈਬਸਾਈਟ 'ਤੇ ਆਏ ਆਪਣਾ ਮੈਸੇਜ ਲਿਖਵਾਏ ਅਤੇ ਉਹ ਅੱਗੇ ਉਹਨੂੰ ਉਹਦੀ ਡੋਰ ਡਿਲੀਵਰੀ ਅਸੀਂ ਕਰਾ ਕੇ ਦੇਵਾਂਗੇ ਇਹ ਸਨੈਕ ਜਿਹੜਾ ਆਪਾਂ ਬਣਾਇਆ ਇਹ ਬਣਿਆ ਕਿਨਵਾ ਨਾਲ ਰਾਗੀ ਜਵਾਰ ਨਾਲ ਅਤੇ ਫਰਾਈਡ ਵੀ ਨਹੀਂ ਹੈ ਬੇਕ ਸਨੈਕ ਹੈ ਅਤੇ ਸਾਡੇ ਫਲੇਵਰਸ ਵੀ ਕਾਫੀ ਇਨੋਵੇਟਿਵ ਨੇ ਇਹਦੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਸਟਾਲਸ ਲੱਗੀਆਂ ਹੋਈਆਂ ਨੇ ਤਾਂ ਬਹੁਤ ਵੱਡੀ ਹੈ ਤਾਂ ਅਸੀਂ ਜੇ ਵਿੱਚ ਸਾਰਿਆਂ ਨਾਲ ਗੱਲ ਕਰੀਏ ਇੱਧਰ ਵੀ ਅਸੀਂ ਜਾਣ ਦੀ ਕੋਸ਼ਿਸ਼ ਕਰਾਂਗੇ ਭਾਈ ਸਾਹਿਬ ਖੜੇ ਹੋਏ ਨੇ ਸਰਦਾਰ ਸਾਹਿਬ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਨੇ ਕੀ ਕੁਛ ਲਾਇਆ ਹੋਇਆ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਿੰਘ ਸਾਹਿਬ ਕੁੱਤੇ ਬਿੱਲਿਆਂ ਦੀਆਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਪੰਜਾਬੀ ਠੇੜ ਭਾਸ਼ਾ ਦੇ ਵਿੱਚ ਨਾ ਵੀ ਕੁੱਤੇ ਬਿੱਲਿਆਂ ਦਾ ਸਮਾਨ ਹੋ ਗਿਆ ਵੀ ਡੌਗਸ ਦੇ ਵਾਸਤੇ ਜੇ ਇੰਗਲਿਸ਼ ਦੇ ਵਿੱਚ ਕਹਿ ਲਈਏ ਇਹ ਕੀ ਕੁਛ ਹੈ ਕੀ ਕੁਛ ਆਈਡੀਆਜ਼ ਤੁਹਾਡੇ ਅੱਜ ਜਿਹੜੇ ਸਾਂਝੇ ਕੀਤੇ ਨੇ ਇੱਥੇ ਆਈਡੀਆਜ਼ ਜ਼ਿਆਦਾਤਰ ਇੱਥੇ ਲੋਕ ਪੁੱਛਣ ਹੀ ਆਏ ਸੀ ਵੀ ਤੁਸੀਂ ਇਸ ਮੁਕਾਮ 'ਤੇ ਇੱਥੇ ਤੱਕ ਪਹੁੰਚੋ ਸਾਡੀ ਕੰਪਨੀ ਨੇ 18 ਪ੍ਰੋਡਕਟ ਲਾਂਚ ਕੀਤੇ ਹੋ ਆ ਅਤੇ 22 ਸਾਡੇ ਆਉਣ ਵਾਲੇ 6-2 ਮਹੀਨਿਆਂ 'ਚ ਆ ਜਾਣਗੇ ਅਤੇ ਉਹਨਾਂ ਨੂੰ ਸਟਾਰਟਿੰਗ ਦੇ ਇਹੋ ਐਕਸਪੀਰੀਅੰਸ ਦੱਸਿਆ ਕਿ ਇੱਕ ਤਾਂ ਵੀ ਗਿਵ ਅਪ ਨਹੀਂ ਕਰਨਾ ਦੂਜਾ ਜਿੱਦਾਂ ਸਾਡਾ ਸਟਾਰਟਿੰਗ ਹੋਈ ਆ ਸਾਡਾ ਯੂਟਿਊਬ ਚੈਨਲ ਆ ਪਹਿਲਾਂ ਸੀਗਾ ਭੁੱਲ ਛੁਲਾ ਦੇ ਨਾਂ 'ਤੇ ਅਤੇ ਅਸੀਂ ਰੱਖ ਰਖਾਓ ਦੱਸਦੇ ਵੀ ਡੋਗ ਨੂੰ ਦੁੱਧ ਨਹੀਂ ਪਾਉਣਾ ਡੋਗ ਨੂੰ ਮਿੱਠਾ ਨਹੀਂ ਪਾਉਣਾ ਅਤੇ ਡੋਗ ਨੂੰ ਲੂਣ ਵਾਲੀ ਕੋਈ ਚੀਜ਼ ਨਹੀਂ ਪਾਉਣੀ ਕਿ ਉਹਨਾਂ ਬਾਲ ਝੜਦੇ ਹੋਰ ਕਈ ਕੁਛ ਹੀ ਹੁੰਦਾ ਢਿੱਡ ਦੇ ਕੀੜੇ ਨੂੰ ਦਵਾਈ ਦੱਸਣੀ ਸਾਨੂੰ ਜਿਹੜੇ ਸਬਸਕ੍ਰਾਈਬਰ ਲੋਕ ਦੇਖਦੇ ਸੀ ਉਹਨੇ ਭੈਣਾਂ ਭਰਾਵਾਂ ਨੇ ਵੀਰਾਂ ਨੇ ਕਿਹਾ ਕਿ ਜੇ ਤੁਸੀਂ ਲੋਕਾਂ ਦੇ ਪ੍ਰੋਡਕਟ ਦਿਖਾਉਂਦੇ ਹੋ ਕੰਪਨੀਆਂ ਦੇ ਤੁਸੀਂ ਆਪਣੇ ਕਿਉਂ ਨਹੀਂ ਲਾਂਚ ਕਰਦੇ ਉਹ ਅਸੀਂ ਸਾਰਾ ਐਕਸਪੀਰੀਅੰਸ ਸ਼ੇਅਰ ਕੀਤਾ ਜੀ ਅਸੀਂ 18 ਪ੍ਰੋਡਕਟਾਂ ਦੇ ਪਹੁੰਚੇ ਹਾਂ ਸਾਡੀਆਂ 15 ਫਰੈਂਚਾਈਜ਼ੀਆਂ ਆਲ ਓਵਰ ਇੰਡੀਆ 'ਚ ਅਸੀਂ ਇਸ ਟਾਈਮ ਲੈਟਨ ਅਮਰੀਕਾ ਸਾਡਾ ਕੈਲੀਫੋਰਨੀਆ ਵਿੱਚ ਵੀ ਸਾਡਾ ਵੇਅਰ ਹਾਊਸ ਆ ਮਤਲਬ ਉਹ ਹੀ ਦੱਸਿਆ ਵੀ ਤੁਸੀਂ ਇੱਕ ਤਾਂ ਕੀਪ ਇਨ ਟੱਚ ਵਿਦ ਡਾਕਟਰ ਆਪਣੇ ਆਪਣੇ ਸਰੋਤਿਆਂ ਦੇ ਨਾਲ ਰਹੋ ਅਤੇ ਬਾਕੀ ਉਹ ਐਕਸਪੀਰੀਅੰਸ ਹੀ ਜ਼ਿਆਦਾ ਪੁੱਛਿਆ ਵੀ ਇਹ ਪ੍ਰੋਡਕਟ ਕਿੱਦਾਂ ਆ ਬਾਕੀ ਅਸੀਂ ਸਾਰੇ ਖੁਦ ਮੈਨੂਫੈਕਚਰ ਕਰੀ ਦੇ ਪ੍ਰੋਡਕਟ ਹੈ ਉਹ ਖੁਦ ਸਾਰੇ ਜੋ ਵੀ ਗਵਰਨਮੈਂਟ ਦੀ ਗਾਈਡਲਾਈਨਸ ਉਹਨੂੰ ਫੋਲੋ ਕਰਕੇ ਹੀ ਅਸੀਂ ਆਪਾਂ ਇੱਥੇ ਤੱਕ ਹੈ ਕਿਉਂਕਿ ਬਹੁਤ ਸਾਰੇ ਲੋਕ ਸੋਚਦੇ ਵੀ ਡੋਗ ਦਾ ਕੰਮ ਬੁਰਾ ਆ ਮੈਂ 8 ਸਾਲ ਤੋਂ ਇਸ ਲਾਈਨ ਦੇ ਵਿੱਚ ਹਾਂ ਜਿਹੜੇ ਬੰਦਾ ਸਹੀ ਬਰੀਡਰ ਗਵਰਨਮੈਂਟ ਦੀ ਗਾਈਡਲਾਈਨ ਨੂੰ ਨਾਲ ਮੰਨ ਕੇ ਸਹੀ ਕੰਮ ਕਰਦਾ ਆ ਉਹਨਾਂ ਦੀ ਮੇਰੇ ਹਿਸਾਬ ਨਾਲ ਦੁਬਈ ਗਲਫ ਕੰਟਰੀ ਮਾੜਾ ਨਹੀਂ ਕਹਿੰਦਾ ਕਈਆਂ ਦੀ ਬਹੁਤ ਵਧੀਆ ਤਨਖਾਹ ਆ ਪਰ ਕਈ ਹੈਗੇ ਭੈਣ ਭਰਾ ਸਾਡੇ ਵੀਰ ਜਿਨ੍ਹਾਂ ਦੀ ਰੋਜ਼ੀ ਰੋਟੀ ਚੱਲਦੀ ਆ ਉਹਨਾਂ ਦੀ ਦੁਬਈ ਕਹਿ ਲਓ ਜਾਂ ਗਲਫ ਏਰੀਆ ਇੱਥੇ ਹੀ ਦੁਬਈ ਬਣ ਸਕਦੀ ਉਹਨਾਂ ਜੇ ਕੰਮ ਸਹੀ ਕਰਨ ਤਾਂ ਅਜਿਹਾ ਕਿਹਾ ਜਾ ਰਿਹਾ ਕਿ ਇੱਥੇ ਪੰਜਾਬ ਦੇ ਵਿੱਚ ਨੌਜਵਾਨਾਂ ਰੱਖਣਾ ਕੋਈ ਵੀ ਹੈ ਕੋਈ ਬਿਜ਼ਨਸ ਕਰ ਰਿਹਾ ਪੰਜਾਬ ਦੇ ਵਿੱਚ ਰੱਖਣਾ ਕੀ ਲੱਗਦਾ ਵੀ ਅਗਰ ਜੇ ਕਿਸੇ ਦਾ ਬਿਜ਼ਨਸ ਥੋੜ੍ਹਾ ਜਿਹਾ ਚੱਲਦਾ ਜਾਂ ਆਈਲੈਟਸ ਬਹੁਤ ਕਰ ਰਹੇ ਨੌਜਵਾਨ ਬਾਹਰ ਨੂੰ ਭੱਜ ਰਿਹਾ ਕਿ ਬਾਹਰ ਜਾ ਕੇ ਹੀ ਕਦਰ ਪੈਂਦੀ ਹੈ ਪੈਸਾ ਮਿਲਦਾ ਐਵੇਂ ਦੀ ਗੱਲਾਂ ਨੇ ਕਿ ਬਾਹਰ ਜਾ ਕੇ ਕਦਰ ਪੈਂਦੇ ਪੰਜਾਬ ਬਿਲਕੁਲ ਝੂਠ ਹੈ ਜੀ ਇਹ ਆਪਾਂ ਕਹਿੰਦੇ ਹਾਂ ਜੀ ਜਿਹੜਾ ਬੰਦਾ ਇੱਥੇ ਮਿਹਨਤ ਨਹੀਂ ਨਾ ਕਰ ਸਕਦਾ ਤਾਂ ਉਹ ਬਾਹਰ ਜਾ ਕੇ ਮਿਹਨਤ ਕਰਦਾ ਆ ਉਹਨੂੰ ਉੱਥੇ ਜਾ ਕੇ ਪਤਾ ਲੱਗਦਾ ਵੀ ਇੱਥੇ ਮਿਹਨਤ ਕਰਨੀ ਸੌਖੀ ਆ ਆਪਣੇ ਕੋਲ ਇੱਥੇ ਰਿਸੋਰਸਿਸ ਆ ਆਪਾਂ ਆਪਣੇ ਭੈਣਾਂ ਭਰਾਵਾਂ 'ਚ ਮਾਂ ਬਾਪ ਦੇ ਵਿੱਚ ਰਹਿੰਦੇ ਹਾਂ ਸਾਨੂੰ ਸਪੋਰਟ ਕਰਦੇ ਆ ਸਾਰੇ ਜਣੇ ਰਾਈਟ ਅਤੇ ਉਹ ਸਾਡੇ ਲਈ ਈਜ਼ੀ ਹੋ ਜਾਂਦਾ ਪਰ ਜਦੋਂ ਉੱਥੇ ਚਲੇ ਜਾਂਦੇ ਹਾਂ ਫਿਰ ਪਿੱਛੇ ਮੁੜਨ ਦਾ ਰਾਸਤਾ ਨਹੀਂ ਹੁੰਦਾ
ਫਿਰ ਇਸ ਕਰਕੇ ਜਦੋਂ ਤਾਈਂ ਅਕਲ ਆਉਂਦੀ ਉਦੋਂ ਟਾਈਮ ਬਹੁਤ ਨਿਕਲ ਚੁੱਕਾ ਹੁੰਦਾ ਇੱਥੇ ਕੰਮ ਕਰਨਾ ਜ਼ਿਆਦਾ ਸੌਖਾ ਹੈ ਸਰ ਜੀ ਇੱਥੇ ਕੰਮ ਕਰਨਾ ਸੌਖਾ ਹੈ ਤਾਂ ਇਹਨਾਂ ਵੱਲੋਂ ਇਹ ਚੀਜ਼ ਜਿਹੜੀ ਹੈ ਆਪਣੇ ਜਿਹੜੀ ਦਵਾਈਆਂ ਜਿਹੜੀਆਂ ਤਿਆਰ ਕਰ ਲਈਆਂ ਨੇ ਡੋਗਸ ਦੇ ਵਾਸਤੇ ਹੋਰ ਕਈ ਤਰ੍ਹਾਂ ਦੇ ਜਾਨਵਰ ਦੇ ਵਾਸਤੇ ਐਨੀਮਲਸ ਦੇ ਵਾਸਤੇ ਤਾਂ ਵੱਖ ਵੱਖ ਤਰ੍ਹਾਂ ਦੇ ਜਿਹੜੇ ਸਟਾਲਸ ਰੱਖੇ ਹੋਏ ਨੇ ਤੁਹਾਨੂੰ ਅੱਜ ਗੱਲਬਾਤ ਕਰਾਈ ਹੈ ਕਿ ਕਿਸ ਕਦਰ ਇੱਥੇ ਬਿਜ਼ਨਸ ਨੂੰ ਪਹਿਲ ਦੇਣੀ ਹੈ ਕਿਸ ਤਰ੍ਹਾਂ ਕੰਮ ਕਰਨਾ ਨੌਜਵਾਨਾਂ ਨੇ ਅੱਗੇ ਵਧਣਾ ਹੈ ਉਸੇ ਤਰੀਕੇ ਦੇ ਨਾਲ ਕਿਸ ਤਰ੍ਹਾਂ ਜਿਹੜੀਆਂ ਪਾੜ ਜਿਹੜੇ ਪੜਾਅ ਆਉਂਦੇ ਨੇ ਰਾਹ ਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਲੰਘਣਾ ਹੈ ਕਿਸ ਤਰ੍ਹਾਂ ਮਿਹਨਤ ਕਰਨੀ ਹੈ ਉਸੇ ਤਰ੍ਹਾਂ ਇਹ ਚਾਹੁੰਦੇ ਨੇ ਕਿ ਪੂਰੇ ਵਰਲਡ ਦੇ ਵਿੱਚ ਜਿਹੜੇ ਸਾਡੇ ਪ੍ਰੋਡਕਟ ਨੇ ਸਾਡੀਆਂ ਚੀਜ਼ਾਂ ਨੇ ਦੇਖਣ ਅਗਰ ਜੇ ਕੋਈ ਪੜ੍ਹਾਈ ਕਰ ਸਕਦਾ ਵੈਬਸਾਈਟ 'ਤੇ ਆ ਕੇ ਫ੍ਰੀ ਦੇ ਵਿੱਚ ਪੜ੍ਹਾਈ ਕਰ ਸਕਦਾ ਵੱਖ ਵੱਖ ਤਰੀਕੇ ਦੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕੀਤੀਆਂ ਕੈਮ ਸਹਿਯੋਗ ਦੇ ਵਿੱਚ ਧੰਨਵਾਦ।